ਜਿਹੜਾ ਗੌਰਮੈਂਟ ਆਫ ਇੰਡੀਆ ਨੇ ਐਸਸੀ ਐਕਟ ਦਾ ਕਾਨੂੰਨ ਪਾਸ ਕੀਤਾ ਹੈ ਜਿਹਦੇ ਵਿੱਚ ਜਨਰਲ ਸੰਭਾਜ ਦੇ ਨਾਲ ਅੱਤਿਆਚਾਰ ਕੀਤਾ ਹੈ। ਇਸ ਤੋਂ ਵੱਡਾ ਅੱਤਿਆਚਾਰ ਨਹੀਂ ਹੋ ਸਕਦਾ ਜੋ ਸਾਡੀਆਂ ਸਰਕਾਰਾਂ ਨੇ ਸਾਡੇ ਨਾਲ ਕੀਤਾ ਹੈ। ਉਹ ਖਾਸ ਕਰਕੇ ਉਹ ਐਮ ਪੀ ਜਿਹੜੇ ਘੁੰਨੂ ਬਣ ਕੇ ਉੱਥੇ ਬੈਠੇ ਰਹੇ ਕਿ ਕਿਸੇ ਨੇ ਵੀ ਉਹਦਾ ਵਿਰੋਧ ਨਹੀਂ ਕੀਤਾ, ਅਸੀਂ ਉਹਨਾਂ ਐਮ ਪੀਆਂ ਦਾ ਸਾਰਿਆਂ ਦਾ ਵਿਰੋਧ ਕਰਦੇ ਹਾਂ। ਅਸੀਂ ਜਨਰਲ ਸਮਾਜ ਦੇ ਮੰਚ ਤੋਂ ਆਲ ਇੰਡੀਆ ਦੇ ਜਨਰਲ ਸਮਾਜ ਨੂੰ ਕਹਿ ਰਹੇ ਹਾਂ ਜਦੋਂ ਇਹ ਐਮ ਪੀ ਤੁਹਾਡੇ ਸ਼ਹਿਰ ਦੇ ਵਿੱਚ ਆਉਂਦੇ ਇਹਨਾਂ ਦਾ ਬਾਈਕਆਊਟ ਕਰ ਦਿਓ, ਇਹਨਾਂ ਨੂੰ ਬਿਲਕੁਲ ਨਾ ਬੁਲਾਓ, ਇਹਨਾਂ ਨੇ ਤੁਹਾਡੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਹੈ। ਇਹ ਇੱਕ ਤਰਫੇ ਦੇ ਕਾਨੂੰਨ ਨੂੰ ਲੈ ਕੇ ਚੱਲ ਰਹੇ ਹਨ ਜਿਹਦੇ ਨਾਲ ਜਨਰਲ ਸਮਾਜ ਦੇ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ, ਉਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਰੰਜਿਸ਼ ਹੈ। ਇਸ ਕਰਕੇ ਆਲ ਇੰਡੀਆ ਬੰਦ ਕਰਨ ਦਾ ਜਿਹੜਾ ਫੈਸਲਾ 6 ਤਰੀਕ ਨੂੰ ਕੀਤਾ ਗਿਆ ਹੈਗਾ, ਅਸੀਂ ਸਾਰੇ ਰਲ ਕੇ ਉਹਨੂੰ ਸਫਲ ਬਣਾਈਏ, ਉਹ ਸਰਕਾਰ ਦੀਆਂ ਅੱਖਾਂ ਖੋਲ੍ਹੀਏ ਵੀ ਜੋ ਤੁਸੀਂ ਇਹ ਕਰ ਰਹੇ ਹੋ ਇਹ ਜਨਰਲ ਸਮਾਜ 'ਤੇ ਅੱਤਿਆਚਾਰ ਨਾਲੋਂ ਵੱਡਾ ਕੋਈ ਹੈ ਨਹੀਂ, ਇਹ ਅੱਤਿਆਚਾਰ ਤੋਂ ਵੀ ਉੱਪਰ ਹੈ। ਇਹ ਇੰਨੇ ਜ਼ੁਲਮ ਜਿਹੜੇ ਹੈਗੇ ਕਿਸੇ ਨੇ ਵੀ ਨਹੀਂ ਕੀਤੇ ਹੈਗੇ, ਤੁਸੀਂ ਇੱਕ ਕਲਮ ਦੇ ਜਿਹੜੇ ਜ਼ੁਲਮ ਕਰ ਰਹੇ ਹੈਗੇ ਨਾ ਇਹ ਜਿਹੜੇ ਸਹਿਣੇ ਹੈਗੇ ਬਹੁਤ ਔਖੇ ਹੈਗੇ। ਵੀ ਸੁਪਰੀਮ ਕੋਰਟ ਨੂੰ ਵੀ ਅਣਦੇਖਾ ਕਰਕੇ ਇਹ ਕਾਨੂੰਨ ਪਾਸ ਕਰਕੇ ਜੋ ਕੀਤਾ ਹੈਗਾ ਅਸੀਂ ਉਹਦਾ ਟੋਟਲੀ ਵਿਰੋਧ ਕਰਦੇ ਹਾਂ। ਜਨਰਲ ਸਮਾਜ ਪੂਰਾ ਭਾਰਤ ਬੰਦ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਇਹਨਾਂ ਐਮ ਪੀਆਂ ਨੂੰ ਅਸੀਂ ਵੋਟ ਨਹੀਂ ਪਾਵਾਂਗੇ ਜਿਹੜੇ ਬੰਦਿਆਂ ਨੇ ਉੱਥੇ ਕੋਈ ਆਵਾਜ਼ ਨਹੀਂ ਉਠਾਈ। ਸਾਰਿਆਂ ਨੂੰ ਅਪੀਲ ਕਰਦਾ ਗਾ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ ਔਰ ਇਸ ਬੰਦ ਨੂੰ ਜਿਸ ਤਰੀਕੇ ਦੇ ਨਾਲ ਸਭ ਨੂੰ ਪਤਾ ਹੀ ਹੈ ਵੀ 6 ਸਤੰਬਰ ਦੀ ਕਾਲ ਭਾਰਤ ਬੰਦ ਦੀ ਕਾਲ ਦੇ ਮੁਤਾਬਕ ਸਾਡੀ ਅੱਜ ਜਨਰਲ ਸਮਾਜ ਮੰਚ ਫੁਆੜਾ ਬ੍ਰਾਂਚ ਦੀ ਮੀਟਿੰਗ ਹੋਈ ਜਿਸ ਵਿੱਚ ਸਾਡੇ ਡਿਫਰੈਂਟ ਪ੍ਰੈਜ਼ੀਡੈਂਟ ਸੈਕਟਰੀ ਸਾਰੀ ਸੰਸਥਾਵਾਂ ਦੇ ਆਏ। ਉਹਨਾਂ ਨੇ ਸਾਨੂੰ ਸ਼ੋਰਟੀ ਦਿੱਤੀ ਕਿ ਅਸੀਂ ਇਸ ਬੰਦ ਨੂੰ ਸਫਲ ਕਰਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਦੇਵਾਂਗੇ। ਅਸੀਂ ਮੈਂ ਵੀ ਬੀਇੰਗ ਪ੍ਰੈਜ਼ੀਡੈਂਟ ਆਫ ਜਨਰਲ ਸਮਾਜ ਮੰਚ ਫੁਆੜਾ ਬ੍ਰਾਂਚ ਵੱਲ ਸਾਰੇ ਦੁਕਾਨਦਾਰਾਂ ਨੂੰ ਸਾਰੇ ਸੰਸਥਾਵਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਸ ਬੰਦ ਨੂੰ ਸਫਲ ਬਣਾਉਣ ਦੀ ਖਾਤਰ 6 ਸਤੰਬਰ ਨੂੰ ਆਪਾਂ ਸਭ ਆਪਣੇ ਅਦਾਰੇ ਬੰਦ ਕਰੀਏ ਤਾਂ ਕਿ ਸਾਡੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚ ਸਕੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੋ ਐਕਟ ਐਸਸੀ ਐਸਟੀ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਉਹ ਗਲਤ ਹੋਈ ਹੈ, ਉਸ ਨੂੰ ਵਾਪਸ ਲਈ ਜਾਏ। ਸਰ ਇਹਦੇ ਸੰਬੰਧੀ ਤੁਸੀਂ ਪ੍ਰਸ਼ਾਸਨ ਨੂੰ ਵੀ ਕੋਈ ਲਿਖਤੀ ਆਪਣੇ ਵੱਲੋਂ ਦਿਓਗੇ? ਉਸ ਦਿਨ ਮੈਮੋਰੈਂਡਮ ਅਸੀਂ ਦੇਵਾਂਗੇ, 6 ਤਰੀਕ ਨੂੰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਵੀ ਮੈਮੋਰੈਂਡਮ ਦੇਵਾਂਗੇ ਕਿ ਅਸੀਂ ਅਸੀਂ ਫੁਆੜਾ ਬੰਦ ਕੀਤਾ ਔਰ ਸਕਸੈਸਫੁਲ ਰਿਹਾ ਸਾਡਾ ਬੰਦ ਔਰ ਇਸ ਐਕਟ ਦੀ ਜਿਹੜੀ ਅਮੈਂਡਮੈਂਟ ਹੋਈ ਹੈ ਗਲਤ ਹੋਈ ਹੈ, ਸਾਡੀ ਆਵਾਜ਼ ਪਾਰਲੀਮੈਂਟ ਤੱਕ ਪ੍ਰਾਈਮ ਮਿਨਿਸਟਰ ਤੱਕ ਔਰ ਪ੍ਰੈਜ਼ੀਡੈਂਟ ਤੱਕ ਪਹੁੰਚਾਈ ਜਾਏ। ਨਹੀਂ ਇਹਨੂੰ ਬੰਦ ਤੋਂ ਪਹਿਲਾਂ ਜਿਹੜੀ ਤੁਹਾਡੀ ਅਪੀਲ ਮਨਜ਼ੂਰੀ ਲੈਣ ਲਈ ਵੀ ਤੁਸੀਂ ਕੋਈ ਮਨਜ਼ੂਰੀ ਅਸੀਂ ਇਸ ਲਈ ਆਪਣੀ ਐਡਵਰਟਾਈਜ਼ ਕਰ ਰਹੇ ਹਾਂ, ਉਸ ਲਈ ਅਸੀਂ ਐਸ ਸਾਹਿਬ ਤੋਂ ਐਸ ਸਾਹਿਬ ਤੋਂ ਕੋਈ ਸਿਆਸੀ ਪਰਮਿਸ਼ਨ ਲਈ ਕੱਲ੍ਹ ਅਸੀਂ ਅਪਲਾਈ ਕਰਾਂਗੇ। ਸਾਨੂੰ ਐਡਵਰਟਾਈਜ਼ ਕਰਨ ਲਈ ਆਟੋ ਰਿਕਸ਼ਾ ਦੇ ਵਿੱਚ ਸਪੀਕਰ ਦੀ ਅਤੇ ਹੋਰ ਕਿਸੇ ਚੀਜ਼ ਦੀ ਸਾਨੂੰ ਪਰਮਿਸ਼ਨ ਦਿੱਤੀ ਹੈ, ਕੱਲ੍ਹ ਅਸੀਂ ਅਪਲਾਈ ਕਰਾਂਗੇ। ਅਤੇ ਸਰ ਇਹਦੇ ਵਿੱਚ ਜਿਸ ਦਿਨ 6 ਤਰੀਕ ਬੰਦ ਹੈ ਉਸ ਦਿਨ ਮੈਡੀਕਲ ਸਟੋਰ ਅਤੇ ਹੋਸਪਿਟਲ ਵੀ ਬੰਦ ਰਹਿਣਗੇ? ਅਸੀਂ ਐਮਰਜੈਂਸੀ ਖੁੱਲ੍ਹੇ ਰਹਿਣਗੇ, ਬਾਕੀ ਅਸੀਂ ਰਿਕੁਐਸਟ ਕੀਤੀ ਕੈਮਿਸਟ ਨੂੰ ਔਰ ਡਾਕਟਰ ਨੂੰ, ਇੰਡਸਟਰੀਅਲਿਸਟ ਨੂੰ, ਦੁਕਾਨਦਾਰਾਂ ਨੂੰ, ਹੋਰ ਵੀ ਕਾਲਜਿਸ ਨੂੰ, ਸਕੂਲ ਨੂੰ ਵੀ ਕਿਰਪਾ ਕਰਕੇ ਬੰਦ ਕਰਨ। ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਇਹ ਅਸੀਂ ਬੰਦ ਰੱਖਾਂਗੇ। ਮਤਲਬ ਐਮਰਜੈਂਸੀ ਡਾਕਟਰਸ ਨੂੰ ਅਸੀਂ ਕਹਿ ਦਿੱਤਾ ਹੋਇਆ ਵੀ ਪਲੀਜ਼ ਤੁਸੀਂ ਐਮਰਜੈਂਸੀ ਅਟੈਂਡ ਕਰ ਸਕਦੇ ਹਾਂ, ਪਰ ਜਨਰਲ ਓ ਪੀ ਡੀ ਦੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਆ ਵੀ ਅਸੀਂ